ਕਾਂਗਰਸ ਸਿੱਖਾਂ ਦੇ ਕਾਤਲ ਨੂੰ ਬੜਾ ਮਾਨ ਸਨਮਾਨ ਦੇ ਰਹੀ ਹੈ। ਫਲਕਾਂ ਤੇ ਬਿਠਾ ਰਹੀ ਹੈ, ਹੱਥੀ ਸ਼ਾਵਾ ਕਰ ਰਹੀ ਹੈ। ਇਹ ਕਹਿਣਾ ਆ ਭਾਜਪਾ ਦਾ ਤੇ ਨਾਂ ਲੈਂਦੇ ਨੇ ਜਗਦੀਸ਼ ਟਾਇਟਲਰ ਦਾ। ਫਿਰ ਸਭ ਜਗਦੀਸ਼ ਟਾਇਟਲਰ ਦਾ ਨਾਂ ਇੱਕ ਵਾਰੀ ਫੇਰ ਚਮਕ ਗਿਆ। ਕੀ ਹੈ ਜੀ ਪੂਰੀ ਕਹਾਣੀ? ਦੇਖੋ ਮਲਕ ਅਰਜੁਨ ਖੜਗੇ ਜਾਂ ਖੜਗੇ ਅਸੀਂ ਕਹਿ ਦਿੰਦੇ ਆ। ਉਹਨਾਂ ਨੂੰ ਕਾਂਗਰਸ ਦੇ ਪ੍ਰੈਜ਼ੀਡੈਂਟ ਦਾ ਅਹੁਦਾ ਮਿਲਿਆ। ਕਰਨਾਟਕ ਦੇ ਆਗੂ ਨੇ ਤੇ ਬੜੀ ਦੇਰ ਬਾਅਦ ਗਾਂਧੀ ਪਰਿਵਾਰ ਤੋਂ ਬਾਰ ਕੋਈ ਕਿਸੇ ਨੂੰ ਇਹ ਅਹੁਦਾ ਦਿੱਤਾ ਗਿਆ ਤੇ ਇੱਕ ਬੜੀ ਅਜੀਬ ਜਿਹੀ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਬੜਾ ਮਾਣ ਮਹਿਸੂਸ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਜੇ ਉਹ ਸਮਾਗਮ ਰੱਖ ਲਿਆ ਗਿਆ ਉਹਨਾਂ ਨੂੰ ਸੋਚ ਕੌਣੀ ਸੀ ਸੋਨੀਆ ਗਾਂਧੀ ਵੀ ਉੱਥੇ ਵੇਖੇ ਗਏ ਉੱਥੇ ਇੱਕ ਹੋਰ ਵਿਅਕਤੀ ਵੇਖਿਆ ਗਿਆ ਜਗਦੀਸ਼ ਟ੍ਰੈਡਲਰ 1984 ਦੇ ਕਤਲਿਆਂ ਦੇ ਜਿਹੜੇ ਪ੍ਰਮੁੱਖ ਨਾਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਇੱਕ ਤੇ ਜੇਲ੍ਹ ਵਿੱਚ ਬੈਠਾ ਹੋਇਆ ਹੁਣ ਕਈਆਂ ਤੇ ਇਲਜ਼ਾਮ ਲੱਗੇ ਸਾਬਤ ਨਹੀਂ ਹੋ ਸਕੇ ਕਮਲਨਾਥ ਦਾ ਨਾਮ ਵੀ ਉਸੇ ਸੂਚੀ ਵਿੱਚ ਮਾਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਇੱਕ ਸਾਬਕਾ ਕੇਂਦਰੀ ਮੰਤਰੀ ਹੁਣ ਗੱਲ ਇਹ ਹੈ ਕਿ ਜਗਦੀਸ਼ ਟਾਇਟਲਰ ਇੰਨਾ ਅਹਿਮ ਕਿਉਂ ਹੈ ਤੇ ਕਾਂਗਰਸ ਉਹਨੂੰ ਛੱਡ ਕਿਉਂ ਨਹੀਂ ਸਕਦੀ ਤੁਹਾਨੂੰ ਯਾਦ ਹੋਣਾ ਜਦੋਂ ਪੱਤਰਕਾਰ ਮਰਹੂਮ ਪੱਤਰਕਾਰ ਜਰਨੈਲ ਸਿੰਘ ਨੇ ਪੀ ਜਦੰਬਰੰਭਲ ਜੁਤੀਵਸ਼ਾਲੀ ਸੀ ਮਰੀ ਨਹੀਂ ਸੀ ਇਸ ਤਰ੍ਹਾਂ ਉਛਾਲ ਕੇ ਇੱਕ ਪਾਸੇ ਨੂੰ ਛੁੱਟ ਦਿੱਤੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਲੋ ਬਾਅਦ ਵਿੱਚ ਛੁੱਟ ਗਿਆ ਕੋਵਿਡ ਨਾਲ ਉਹਨਾਂ ਦੀ ਪਿਛਲੇ ਸਾਲ ਮੌਤ ਹੋ ਗਈ ਚਦੰਬਰਮ ਗ੍ਰਹਿ ਮੰਤਰੀ ਸੀ ਬੜੇ ਰੈਸ਼ਨਲ ਆਦਮੀ ਮੰਨੇ ਜਾਂਦੇ ਨੇ ਜਾਂ ਸ਼ਾਇਦ ਵਿੱਤ ਮੰਤਰੀ ਸੀ ਸ਼ਾਇਦ ਮੈਂ ਗਲਤ ਹੋਵਾਂ ਪਰ ਕਾਂਗਰਸ ਨੇ ਉਦੋਂ ਵੀ ਐਚਕੇਐਲ ਭਗਤ ਤੇ ਜਗਦੀਸ਼ ਟਾਇਟਲਰ ਨੂੰ ਟਿਕਟਾਂ ਦਿੱਤੀਆਂ ਹੋਈਆਂ ਸੀ ਦਿੱਲੀ ਤੋਂ ਲੋਕ ਸਭਾ ਵਾਸਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਬਹੁਤ ਸਾਰੇ ਗਰੁੱਪਾਂ ਦੁਆਰਾ ਇੰਨਾ ਰੌਲਾ ਪਾਉਣ ਦੇ ਬਾਵਜੂਦ ਕਾਂਗਰਸ ਇਹਨਾਂ ਵਿਅਕਤੀਆਂ ਦੀ ਅਹਿਮੀਅਤ ਨੂੰ ਛੱਡ ਨਹੀਂ ਰਹੀ ਹੁਣ ਕੀ ਲੋੜ ਸੀ ਇਸ ਗੱਲ ਦਾ ਤੇ ਜਵਾਬ ਕਾਂਗਰਸ ਹਾਈਕਮਾਨ ਦੇ ਸਕਦੀ ਹੈ ਕਿ ਜਗਦੀਸ਼ ਟਾਇਟਲਰ ਉੱਥੇ ਇੰਨੇ ਅਹਿਮ ਸਮਾਗਮ ਦੇ ਵਿੱਚ ਕਿਉਂ ਵੇਖੇ ਗਏ ਇਹ ਆਵਾਜ਼ ਉਠਾਈ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਇਸ ਤਰ੍ਹਾਂ ਦੇ ਮੁੱਦਿਆਂ ਤੇ ਉਠਾਉਂਦੇ ਰਹਿੰਦੇ ਨੇ ਤੁਹਾਨੂੰ ਹੁਣ ਪਤਾ ਹੋਣਾ ਹੈ ਕਿ ਅਕਾਲੀ ਦਲ ਦੇ ਵਿੱਚੋਂ ਦੀ ਹੁੰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੋਂ ਤੇ ਹੁਣ ਭਾਜਪਾ ਦੇ ਵਿੱਚ ਇਸ ਵੇਲੇ ਬੈਠੇ ਹੋਏ ਨੇ। ਉਹਨਾਂ ਨੇ ਜਿਵੇਂ ਉਹ ਖਿੱਚ ਕੇ ਬੋਲਦੇ ਨੇ ਬਹੁਤ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਕਿ ਇਹ ਕਾਤਲ ਸਿੱਖਾਂ ਦੇ ਵਿੱਚ ਬਿਠਾਏ ਹੋਏ ਨੇ ਇਸ ਤੋਂ ਕਾਂਗਰਸ ਦਾ ਚਿਹਰਾ ਨੰਗਾ ਹੋ ਜਾਂਦਾ ਹੈ। ਰਜਿੰਦਰਪਾਲ ਬੱਗਾ ਵੀ ਬੋਲੇ ਨੇ। ਰਜਿੰਦਰਪਾਲ ਬੱਗਾ ਦੀ ਜਦੋਂ ਦੀ ਗ੍ਰਿਫਤਾਰੀ ਹੋਈ ਹੈ ਬਹੁਤ ਐਮ ਆਗੂ ਬਣ ਗਏ ਨੇ ਭਾਜਪਾ ਦੇ ਉਹ। ਹੁਣ ਇਹਨਾਂ ਦੋਵਾਂ ਦੇ ਬਿਆਨ ਨੇ ਕੁਝ ਹੋਰ ਲੋਕ ਵੀ ਬੋਲੇ ਨੇ ਪਰ ਕਾਂਗਰਸ ਅਜੇ ਤੱਕ ਜਵਾਬ ਨਹੀਂ ਦੇ ਰਹੀ ਪੰਜਾਬ ਦੇ ਕਾਂਗਰਸ ਦੇ ਆਗੂ ਵੀ ਚੁੱਪ ਨੇ ਉਹਨਾਂ ਨੇ ਵੀ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਸ਼ਾਇਦ ਬੋਲਪੈਣ ਸੁਖਪਾਲ ਸਿੰਘ ਖਹਿਰਾ ਹੋਰ ਕਿਸੇ ਤੋਂ ਕੋਈ ਬਹੁਤੀ ਉਮੀਦ ਜਾਪਦੀ ਨਹੀਂ ਇਹਨਾਂ ਦਮਖਮ ਹੈ ਨਹੀਂ ਕਿਸੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਚੁੱਪ ਨੇ ਅਜੇ ਤੱਕ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਪਰ ਗੱਲ ਇਹ ਹੈ ਕਿ ਇੱਕ ਕਲੀਨ ਚਿੱਟਾਂ ਜਿਹੜੀਆਂ ਦਿੱਤੀਆਂ ਗਈਆਂ ਇਹਨਾਂ ਆਗੂਆਂ ਨੂੰ ਪਿਛਲੇ ਸਾਲਾਂ ਦੇ ਵਿੱਚ ਇਹ ਕਿਉਂ ਦਿੱਤੀਆਂ ਗਈਆਂ ਕਿੰਨੀ ਤਹਿਕੀਕਾਤ ਹੋਈ ਕਿੰਨੇ ਕਮਿਸ਼ਨ ਬੈਠੇ ਕਿੰਨੀਆਂ ਇਨਕੁਆਰੀਆਂ ਹੋਈਆਂ ਕਿੰਨੀਆਂ ਕਿੰਨੇ ਜਾਂਚ ਦੇ ਕੇਸ ਚੱਲੇ ਇਹਦਾ ਕੋਈ ਹਸਾਬਕਤਾਬ ਹੈ ਕਲੀਨ ਚਿੱਟਾਂ ਕਾਂਗਰਸ ਦੇ ਵੱਡੇ ਆਗੂਆਂ ਨੇ ਇਸ ਤਰ੍ਹਾਂ ਜੇਬ ਵਿੱਚ ਪਾ ਕੇ ਰੱਖੀਆਂ ਚਾਹੇ ਉਹ ਕਿਸੇ ਦੰਗਿਆਂ ਦੀ ਜਾਂਚ ਹੋਵੇ ਚਾਹੇ ਕ腐ਪਸ਼ਨ ਦੀ ਜਾਂਚ ਹੋਵੇ ਕਿ ਜੇਬ ਵਿੱਚ ਪਾਈ ਹੁੰਦੀ ਸੀ ਕਿ ਜਿੱਥੇ ਕਿਸੇ ਨੂੰ ਲੋੜ ਹੈ ਕਿਸੇ ਚਿਹਤੇ ਨੂੰ ਸਾਈਨ ਕਰਕੇ ਦੇ ਦੇ ਲੋ ਜੀ ਕਲੀਨ ਚਿੱਟ ਪਤਾ ਨਹੀਂ ਕਲੀਨ ਕਿਤੇ ਬਿਲਕੁਲ ਹੀ ਕਲੀਨ ਨਾ ਹੋਵੇ ਸਫੈਦ ਕਾਗਜ਼ ਹੀ ਨਾ ਹੋਵੇ ਕਿਤੇ ਦੇਖਿਆ ਨਹੀਂ ਕਿਤੇ ਸੋ ਇਹ ਉਹਨਾਂ ਨੂੰ ਦਿੱਤਾ ਹੋਇਆ ਕਲੀਨ ਚੈਟ ਦਿੱਤੀ ਹੋਈ ਹੈ ਪਰ ਜਦੋਂ ਜਰਨੈਲ ਸਿੰਘ ਨੇ ਜੁੱਤੀ ਸੁੱਟੀ ਫਿਰ ਦੋਵਾਂ ਦੀਆਂ ਟਿਕਟਾਂ ਕੱਟ ਗਈਆਂ ਸੀ ਹੁਣ ਟਿਕਟਾਂ ਜੇ ਉਸ ਜੁੱਤੀ ਕਰਕੇ ਕੱਟ ਗਈਆਂ ਤੇ ਬਾਅਦ ਵਿੱਚ ਕਾਂਗਰਸ ਇੱਕ ਵਾਰੀ ਜਿੱਤ ਵੀ ਗਈ ਸੀ ਫਿਰ ਹੁਣ ਸਮਝ ਕਿਉਂ ਨਹੀਂ ਆਉਂਦੀ ਇਸ ਗੱਲ ਨੂੰ ਮੈਂ ਗੱਲ ਨੂੰ ਮੈਂ ਸਮਝਣ ਤੋਂ ਅਸਮਰੱਥ ਹਾਂ ਪਤਾ ਨਹੀਂ ਕਿਹੜੀ ਢੰਡੀ ਇਹਨਾਂ ਆਗੂਆਂ ਦੇ ਕੋਲ ਜਿਹੜੀ ਹੈ ਉਹ ਇਹ ਜਿਹੜੀ ਹੈ ਉਹ ਕਾਂਗਰਸ ਹਾਈ ਕਮਾਂਡੀ ਹੈ ਇੱਕ ਗੱਲ ਇਸ ਦੇ ਵਿੱਚੋਂ ਸੁਣਨੇ ਨੂੰ ਜਿਹੜੀ ਮੈਂ ਮੈਂ ਦੱਸਣੀ ਚਾਹੁੰਦਾ ਜਗਦੀਸ਼ ਟਾਰਡਲਰ ਇਹ ਕਹਿੰਦਾ ਕਿ ਮੈਂ ਦੰਗਿਆਂ ਦੇ ਵਿੱਚ ਸ਼ਾਮਲ ਨਹੀਂ ਸੀ ਦੰਗੇ ਸੌਰੀ ਮੇ ਤੋਂ ਗਲਤ ਲਫ਼ਜ਼ ਨਿਕਲਿਆ ਕਤਲੇਆਮ ਦੇ ਵਿੱਚ ਦੰਗੇ ਤੇ ਦੋ ਤਰ੍ਹਾਂ ਦਾ ਜਦੋਂ ਆਪਸ ਵਿੱਚ ਫਸਾਦ ਹੋਵੇ ਫਿਰ ਹੁੰਦੇ ਨੇ ਇੱਕ ਤਰ ਤੇ ਬਿਲਕੁਲ ਮਜ਼ਲੂਮ ਸੀ ਉਸ ਵਿੱਚ ਜ਼ੁਲਮ ਕੀਤਾ ਗਿਆ ਦੂਸਰੇ ਪਾਸੋਂ ਉਹ ਪਹਾੜੇ ਦੇ ਕਿੱਥੋਂ ਲੋਕ ਲਿਆਉਂਦੇ ਗਏ ਕਿਵੇਂ ਸਾਰਾ ਤੰਤਰ ਵਿੱਚੇ ਪੁਲਿਸ ਵਿੱਚੇ ਹੀ ਸਭ ਕੁਝ ਜਿਹੜਾ ਸੀ ਸਰਕਾਰਾਂ ਸ਼ਾਮਲ ਹੋ ਗਈਆਂ ਉਹ ਜਗਦੀਸ਼ ਟਾਰਡਲਰ ਵਾਰ-ਵਾਰ ਇਹ ਗੱਲ ਕਰਦਾ ਹੈ ਕਿ ਮੈਂ ਤਾਂ ਹਾਲਾਤ ਵੇਖਣ ਗਿਆ ਸੀ ਜੋ ਨਵੇਂ ਬਣੇ ਹੋਏ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਨਾਂ ਦੇ ਨਾਲ ਮੈਂ ਤਾਂ ਸੜਕਾਂ ਵਿੱਚ ਘੁੰਮ ਕੇ ਉਹਨਾਂ ਨੂੰ ਵਖਾਇਆ ਤੇ ਆਹ ਵਖਿਆ ਮੈਂ ਉਹਨਾਂ ਦੇ ਨਾਲ ਸੀ ਹੁਣ ਪਤਾ ਨਹੀਂ ਜਗਦੀਸ਼ ਟਾਇਟਲਰ ਦੀ ਸ਼ਾਨਾਨੀਆ ਇਹੋ ਕਿ ਉਹ ਆਪਣੇ ਨਾਲ ਰਜੀਵ ਗਾਂਧੀ ਨੂੰ ਬਨ ਰਿਆ ਜਿਸ ਤੇ ਗਾਂਧੀ ਪਰਿਵਾਰ ਨੂੰ ਵੀ ਕਿਉਂ ਪਾਉਣਾ ਪੈਂਦਾ ਤੇ ਰਜੀਵ ਗਾਂਧੀ ਵੀ ਬਰੀ ਨਹੀਂ ਹੋ ਸਕਦੇ ਇਸ ਗੱਲ 'ਚੋਂ ਭਾਵੇਂ ਇਸ ਦੁਨੀਆ ਵਿੱਚ ਅੱਜ ਨਹੀਂ ਹੈ ਉਹਨਾਂ ਨੇ ਕਿਹਾ ਸੀ ਨਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਤੇ ਜ਼ਮੀਨ ਹਿੱਲਦੀ ਹੈ ਜੀ ਉਸ ਵੇਲੇ ਦਿੱਲੀ ਦੇ ਵਿੱਚ ਸਭ ਤੋਂ ਬਾਅਦ ਕਤਲੇਆਮ ਤੇ ਦਿੱਲੀ ਚ ਹੋਇਆ ਨਾ ਹੋਰ ਸ਼ਹਿਰਾਂ ਵਿੱਚ ਵੀ ਕਾਨਪੁਰ ਵਗੈਰਾ ਵਿੱਚ ਵੀ ਅ ਹੋਰ ਕਈ ਪਿੰਡ ਵੀ ਜਿਹੜੇ ਸੀ ਇਹੋ ਜਿਹੇ ਬਾਅਦ ਵਿੱਚ ਵਿਖੇ ਗਏ ਜਿੱਥੇ ਜੋ ਲੱਭੇ ਨਹੀਂ ਪਿੰਡ ਉਹ ਮੁਕਾਦਤੇ ਗਏ ਹੁਣ ਜੇ ਦੇਸ਼ ਦੀ ਰਾਜਧਾਨੀ ਕੋਈ ਜੰਗਲ ਤਾਂ ਹੈ ਨਹੀਂ ਸੀ ਦੂਰ ਪਾਰ ਦਾ ਕੋਈ ਛੋਟਾ ਸ਼ਹਿਰ ਤਾਂ ਨਹੀਂ ਸੀ ਜਿੱਥੇ ਇੰਨੇ ਨੇ ਵੱਡੇ ਕੈਂਟੋਨਮੈਂਟ ਹੈ ਸਾਡੀ ਨੈਸ਼ਨਲ ਕੈਪੀਟਲ ਰੀਜਨ ਹੈ ਔਰ ਇੰਨੀਆਂ ਵੱਡੀਆਂ ਫੋਰਸਿਸ ਨੇ ਜੇ ਉਹ ਉੱਥੇ ਰੋਕਣ ਤੋਂ ਸਮਰੱਥ ਰਹੇ ਨੇ ਤੇ ਫਿਰ ਅਸੀਂ ਹੋਰ ਕਿੱਥੇ ਕਿਸੇ ਨੂੰ ਬਚਾ ਸਕਦੇ ਉਹ ਵੀ 3-4 ਦਿਨ ਕੰਮ ਚੱਲਦਾ ਰਿਹਾ ਹੋਵੇ। ਰਾਸ ਦੀ ਸੀ ਆਪਣੇ ਆਪ ਦੇ ਵਿੱਚ ਪਰ ਉਹ ਇਨਫੋਰਮੇਸ਼ਨ ਦਾ ਯੋਗ ਨਹੀਂ ਸੀ ਇੰਨਾ ਜ਼ਿਆਦਾ। ਕੋਈ ਦੁਨੀਆ ਦੇ ਕੋਲੇ ਇਨਫੋਰਮੇਸ਼ਨ ਇੰਨੀ ਜ਼ਿਆਦਾ ਨਿਕਲ ਕੇ ਗਈ ਨਹੀਂ ਪਰ ਕਾਂਗਰਸ ਦੁਆਰਾ ਉਸ ਚੀਜ਼ ਨੂੰ ਹਮੇਸ਼ਾ ਦਬਾਉਣ ਦਾ ਯਤਨ ਕੀਤਾ ਗਿਆ। ਜੇ ਲੋਕ ਸਭਾ ਦੇ ਵਿੱਚ ਮਾਫੀ ਮੰਗੀ ਕੇ ਡਾਕਟਰ ਮਰਮੋਣ ਸਿੰਘ ਦੁਆਰਾ ਤੇ ਉਹ ਮਾਫੀ ਹੀ ਸੀ ਇਸ ਤੋਂ ਇਲਾਵਾ ਹੋਰ ਕੁਝ ਕੀਤਾ ਨਹੀਂ ਗਿਆ। ਦਬਾਉਣ ਦਾ ਹੀ ਯਤਨ ਹੋਇਆ। ਯੈਸ ਉਹਦੇ ਤੋਂ ਬਾਅਦ ਜਿਹੜੇ ਪੈਦਾ ਹੋਏ ਹਾਲਾਤ ਨੇ ਸਿੱਖਾਂ ਨੇ ਆਪਣੇ ਆਪ ਨੂੰ ਸੰਭਿਆ ਕੁਝ ਕੇਸ ਵੀ ਹੋਏ ਕੁਝ ਸਰਕਾਰਾਂ ਬਦਲੀਆਂ ਕੁਝ ਸਿਸਟਮ ਥੋੜਾ ਜਿਆਦਾ ਮੁਖਤਰਾ ਦੇ ਵਿੱਚ ਸਿੱਖ ਜਿਹੜੇ ਸੀ ਆਪਣੇ ਆਪ ਨੂੰ ਸ਼ਾਮਲ ਮਹਿਸੂਸ ਕਰਨ ਲੱਗੇ ਜੀ ਪਰ ਇਸ ਤਰ੍ਹਾਂ ਦਾ ਕੰਮ ਕਰਕੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਦਾਕੀ ਵਿਅਕਤੀ ਨੂੰ ਜਿਸ ਨੂੰ ਕਾਂਗਰਸ ਹਾਈ ਕਮਾਂਡ ਛੱਡ ਨਹੀਂ ਸਕਦੀ ਮੈਨੂੰ ਨਹੀਂ ਪਤਾ ਕਿ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਮੰਦ ਭਾਗੀ ਗੱਲ ਹੈ ਮੈਂ ਇਹਨੂੰ ਇੱਥੇ ਸਮਾਪਤ ਕਰਦਾ ਹਾਂ